ਜਾਸ਼ ਯਾਰ ਤੂੰ ਵੀ ਇੱਕ ਨਾਮ ਲੇਡੀਜ ਐਂਡ ਜੈਂਟਸ ਮੈਨ ਹੁਸ਼ਿਆਰ ਹੋ ਜਾਏ ਤਸ਼ਰੀਫ ਲਾ ਰਹੇ ਹੈ ਨਾਸਰ ਮਦਰੀ ਮਾਸ਼ਾਅੱਲਾ ਮਾਸ਼ ਮੌਲਾਨਾ ਮੁਹੰਮਦ ਨਾਸਰ ਮਦਰੀ ਸਾਹਿਬ ਹਫਿਜ਼ਹੁਲਾਹ ਤਾਲਾ ਅੱਲਾ ਜਾਣਦਾ ਅੱਲਾ ਦੇ ਹੁਸਨੋ ਜਮਾਲ ਚ ਬਈ ਵਾਧਾ ਕਰੇ ਆਖੋ ਆ ਅੱਲਾ ਰਹਿਮਤਾਂ ਬਰਕਤਾਂ ਕਰੇ ਮਹਿਬੂਬੇ ਅਵਾਮ ਮੌਲਾਨਾ ਮੁਹੰਮਦ ਨਾਸਰ ਮਦਨੀ ਮਨਸੂਰੇ ਅਵਾਮ ਮੌਲਾਨਾ ਮੁਹੰਮਦ ਨਾਸਰ ਮਦਨੀ ਲਓ ਜੀ ਮੈਂ ਫਿਰ ਆਖ ਲੈ ਬਈ ਗੱਲ ਸੁਣੋ ਅੱਜ ਤੋਂ ਬਾਅਦ ਮੈਂ ਫਾਜ਼ਲੇ ਨੌਜਵਾਨ ਜੇ ਇਹ ਓਲਡ ਬਲੱਡ ਜੇ ਮਦਨੀ ਨੂੰ ਇਹ ਨਾਰਾ ਫੱਬਦਾ ਫਾਜ਼ਲੇ ਨੌਜਵਾਨ ਮੌਲਾਨਾ ਮੁਹੰਮਦ ਨਾਸਰ ਮਦਨੀ ਵਾਹਿਦੇ ਸ਼ੀਰੀ ਬਿਆਨ ਮੌਲਾਨਾ ਮੁਹੰਮਦ ਨਾਸਰ ਮਦਨੀ ਮਹਿਬੂਬੇ ਅਵਾਮ ਮੌਲਾਨਾ ਮੁਹੰਮਦ ਨਾਸਰ ਮਦਨੀ ਮਦਾਹੇ ਨਬੀ ਸੁਲਤਾਨ ਮੌਲਾਨਾ ਨਾਸਰ ਮਦਨੀ ਔਰ ਮਦਾਹੇ ਅਹਿਲੇ ਬੈਤ ਮੌਲਾਨਾ ਨਾਸਰ ਮਦਨੀ ਮਦਾਹੇ ਮਾਂ ਮੌਲਾਨਾ ਨਾਸਰ ਮਦਨੀ ਖੁਦਾ ਦੀ ਕਸਮੇ ਫਿਰ ਮਾਂ ਦਾ ਮਜ਼ਮੂਨ ਜਿਹੜਾ ਮਦਨੀ ਨੇ ਬਿਆਨ ਕਰ ਛੜਿਆ ਕਮਾਰ ਬਯਾਨੀ ਸਗੀਰਾ ਕਿੱਥੋਂ ਲੱਭਾਂਗੇ ਤੈਨੂੰ ਮਾਂ ਦੱਸ ਕਿੱਥੋਂ ਫਿਰ ਤੁਹਾਨੂੰ ਪਤਾ ਮਦਨੀ ਫਿਰ ਜਿਹੜੀ ਆਵਾਜ਼ ਰੱਬ ਨੇ ਤੇ ਅੰਦਾਜ਼ ਜਿਹੜਾ ਦਿੱਤਾ ਇੱਕ ਦੁਆ ਕਰ ਦਿਓ ਅੱਲਾ ਲੰਮੀ ਉਮਰ ਅਤਾ ਫਰਮਾ ਆਹ ਜਿਹੜੇ ਮੌਲਵੀ ਗੱਲਾਂ ਕਰਦੇ ਫਿਰਦੇ ਨੇ ਨਾ ਮਦਨੀ ਕੀ ਪਿਆ ਕਰਦਾ ਪੁੱਤਰ ਮਦਨੀ ਕੋਲੋਂ ਉਹ ਅੱਲਾ ਕਰਵਾ ਰਿਹਾ ਹੈ ਜਿਹੜਾ ਨਾ ਪੁੱਤਰ ਤੇਰੇ ਕੋਲੋਂ ਹੋਇਆ ਤੇ ਨਾ ਮੇਰੇ ਕੋਲੋਂ ਹੋਇਆ ਇਹ ਰੂਦੇ ਪਾਕ ਪੜਿਆ ਕਰੋ ਸੱਲੱਲਾਹੁ ਅਲੈਹਿ ਵਸੱਲਮ ਅੱਲਾ ਜਾਣਦਾ ਸਾਹਬਾ ਇਕਰਾਮ ਆ ਕੋਈ ਸਜ ਕਰਦੇ ਕੋਈ ਸਜ ਕੀ ਦਰੂਦੇ ਪਾਕ ਪੜਿਆ ਕਰੋ ਸੱਲੱਲਾਹੁ ਅਲੈਹਿ ਵਸੱਲਮ ਜਾ ਗਿਆ ਮੈਨੂੰ ਸੋਹਣੇ ਨੇ ਬੁਲਾਇਆ ਮੈਂ ਮਦੀਨੇ ਚੱਲੀ ਹਾਂ ਨਮਾਜ਼ ਤੂੰ ਇੱਥੇ ਨਹੀਂ ਪੜ੍ਹਦੀ ਉੱਥੇ ਤੈਨੂੰ ਫਾਇਦਾ ਦੇਣਾ ਜਾ ਦੁਆ ਕਰੋ ਅੱਲਾ ਬੀਬੀਆਂ ਬੀਬਿਆਂ ਨੂੰ ਅੱਲਾ ਨਮਾਜ਼ੀ ਬਣਾਏ ਅੱਲਾ ਸਾਰਿਆਂ ਨੂੰ ਦੀਨ ਵਾਲਾ ਬਣਾ ਦੇ ਅੱਲਾ ਕੁਰਾਨ ਨੂੰ ਸੁਨਤ ਦਾ ਪਾਬੰਦ ਬਣਾ ਦੇ ਮੌਲਾਨਾ ਇਕਬਾਲ ਜਵੇਦ ਇਕਬਾਲ ਹਜ਼ਰਤ ਮੌਲਾਨਾ ਜਵੇਦ ਇਕਬਾਲ ਸਾਹਿਬ ਉਦੋਂ ਦਾ ਮੇਰਾ ਯਾਰ ਹੈ ਜਦੋਂ ਦਾੜੀ 'ਚ ਇੱਕ ਵੀ ਚਿੱਟਾ ਨਹੀਂ ਸੀ ਹੁਣ ਅੱਲਾ ਜਾਣਦਾ ਇੰਝ ਲੱਗਦਾ ਕਿ ਜਿਵੇਂ ਮੂੰਹ ਨਾਲ 500 ਵਾਟ ਦਾ ਬਲਬ ਬੰਨੇ ਆ ਅੱਲਾ ਇਹਨਾਂ ਦੇ ਹੁਸਨ 'ਚ ਹੋਰ ਇਜ਼ਾਫਾ ਕਰੇ ਸਾਰੇ ਮਿਲ ਕੇ ਆਮੀਨ ਕਹੋ ਐਵੇਂ ਸਰਕਾਰ ਨੇ ਨਹੀਂ ਫਰਮਾਇਆ ਲਾਲ ਮਹਿੰਦੀ ਦੀਆਂ ਕਿਆ ਬਾਤਾਂ ਅਸੀਂ ਮੌਲਵੀ ਲੋਕ ਤੇ ਐਵੇਂ ਟੀਪ ਟਾਪ ਟਸ਼ਨ ਮਸ਼ਨ ਜਨਾਬ ਲਾਲਾ ਲਾਲਾ ਤੇ ਬੂਬੂ ਬੂਬੂ ਜਿਹੜੀ ਸਰਕਾਰ ਦੀਆਂ ਗੱਲਾਂ ਨੇ ਉਹਨਾਂ ਵਿੱਚ ਠਾਠੀ ਵੱਖਰਾ ਏ ਉਹਨਾਂ 'ਚ ਬਹਾਰ ਹੀ ਵੱਖਰੀ ਏ ਹੁਸਨ ਹੀ ਵੱਖਰਾ ਏ ਜਮਾਲ ਹੀ ਵੱਖਰਾ ਏ ਹੁਣ ਇਹਨਾਂ ਦੀ ਦਾੜੀ ਵੇਖ ਕੇ ਸਾਰਾ ਮਜਮਾ ਕਹਿੰਦਾ ਹੈ ਕੈਸਾ ਪਿਆਰਾ ਹੁਸਨ ਏ ਅਤੇ ਮੇਰੇ ਨਾਲ ਤੁਸੀਂ ਜਿੰਨਾ ਵੀ ਪਿਆਰ ਕਰਦੇ ਹੋ ਤਕਰੀਰ ਤੋਂ ਬਾਅਦ ਜ਼ਰੂਰ ਕਹੋਗੇ ਅਜੇ ਵੀ ਕਿਸੇ ਮਾਰ ਤੇ ਵੇ ਦੁਆਏ ਕਰੋ ਅੱਲਾ ਸਾਨੂੰ ਵੀ ਸੁਨਤ ਅਤੇ ਅਮਲ ਦੀ ਤੋਫੀਕ ਦੇ ਕਹੋ ਆਮੀਨ ਨਹੀਂ ਤੁਸੀਂ ਬੋਲਦੇ ਕਹੋ ਆਮੀਨ ਇਹ ਮੇਰੇ ਯਾਰਾਂ ਨੂੰ ਪਿਆਰ ਏ ਮੇਰੇ ਯਾਰ ਇੰਝ ਦੀਆਂ ਮੁਹੱਬਤ ਪਿਆਰ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਆਹ ਤੁਸੀਂ ਕਿਸੇ ਬਾਬੇ ਨੂੰ ਮਿਲੋ ਬਾਬਾ ਜੀ ਕੀ ਹਾਲ ਏ ਬਾਬਾ ਜੀ ਕੀ ਹਾਲ ਏ ਜੇ ਕੋਈ ਥੋੜ੍ਹੀ ਜਿਹੀ ਜ਼ਿਆਦਾ ਉਮਰ ਵਾਲਾ 50 ਤੋਂ ਉੱਤੇ ਚਲਾ ਜਾਏ ਉਹ ਜਨਾਬ ਲਾ ਲਵੇ ਮਹਿੰਦੀ ਥੋੜ੍ਹੀ ਜਿਹੀ ਕਾਲੀ ਅਤੇ ਤੁਸੀਂ ਆਪ ਹੀ ਕਹਿਣ ਲੱਗ ਪੈਂਦੇ ਹੋ ਦਾਲ 'ਚ ਕਾਲਾ ਕਾਲਾ ਹੀ ਨਹੀਂ ਸਾਰੀ ਦਾਲ ਹੀ ਕਾਲੀ ਪਈ ਲੱਗਦੀ ਏ ਤੁਸੀਂ ਦੁਆ ਕਰਦੇ ਹੋ ਅੱਲਾ ਸਾਨੂੰ ਇਹੋ ਜਿਹਾ ਬਣਾ ਦੇ ਅਸੀਂ ਉਹਨੂੰ ਪਸੰਦ ਆ ਜਾਈਏ ਕਹੋ ਆਮੀ ਸਾਰੇ ਮਿਲ ਕੇ ਕਹੋ ਆਮੀ ਖੋਲ ਲਓ ਬਾਈ ਖੋਲ ਲਓ ਦਰਵਾਜ਼ੇ ਖੋਲ ਲਓ ਵਾਹ ਮੌਲਵੀ ਮਨਜ਼ੂਰ ਬਾਈ ਅਰਜ਼ ਕਰ ਰਿਹਾ ਖੋਲ ਲਓ ਬਾਈ ਬੂਹੇ ਇੱਧਰ ਲਾ ਵੀ ਆ ਮਾਸ਼ਾਅੱਲਾ ਜਜ਼ਾਕੁਮ ਅੱਲਾਹ ਤਾਲ ਬੰਦੇ ਬਾਈ ਬਹੁਤੇ ਆ ਗਏ ਨੇ ਅੱਛਾ ਗੱਲ ਸੁਣੋ ਤੁਹਾਡੇ ਪਿਆਰ ਤੋਂ ਵੀ ਸਦਕੇ ਜਾਈਏ 41 ਸਾਲ ਹੋ ਗਏ ਨੇ ਜਿਹਨੂੰ ਵੇਂਦਿਆਂ ਹੁਣ ਬੁੱਢਾ ਪੀਪਾ ਹੋ ਗਿਆ ਅਤੇ ਅਜੇ ਕਹਿੰਦੇ ਨੇ ਵੇਖਣਾ
ਸਦਕੇ ਜਾਈਏ ਬਈ ਤੁਹਾਡੇ ਪਿਆਰ। ਖੁਦਾ ਦੀ ਕਸਮ, ਇਹਨੂੰ ਕਹਿੰਦੇ ਨੇ ਕੁਰਾਨ, ਇਹਨੂੰ ਕਹਿੰਦੇ ਨੇ ਨਬੀ ਅਲੈਹਿ ਸਲਾਮ ਦੇ ਫਰਮਾਨ ਦਾ ਪਿਆਰ, ਰੱਬ ਦੇ ਕੁਰਾਨ ਦਾ ਪਿਆਰ ਜ਼ਿੰਦਾਬਾਦ, ਨਬੀ ਅਲੈਹਿ ਸਲਾਮ ਦੇ ਫਰਮਾਨ ਦਾ ਪਿਆਰ ਜ਼ਿੰਦਾਬਾਦ, ਸਹਾਬਾ ਦਾ ਪਿਆਰ ਜ਼ਿੰਦਾਬਾਦ, ਮੱਕੇ ਦਾ ਪਿਆਰ ਜ਼ਿੰਦਾਬਾਦ, ਮਦੀਨੇ ਦਾ ਪਿਆਰ ਜ਼ਿੰਦਾਬਾਦ। ਮਾਮੂਲੀ ਜੀ ਆਵਾਜ਼ ਘੱਟ ਕਰੋ, ਮਾਮੂਲੀ ਜੀ, ਜਿੰਨੀ ਕੁ ਜ਼ਰਦਾਰੀ 'ਚ ਅਕਲ ਹੈ ਨਾ, ਇੰਨੀ ਕੁ ਆਵਾਜ਼ ਘੱਟ ਕਰੋ ਬਸ। ਕਹਿੰਦੇ ਅਸੀਂ ਕਾਲੇ ਬਣੇ ਹਾਂ। ਉਹ ਇੱਕ ਮੌਲਾਨਾ ਸਾਹਿਬ ਨੇ ਨਾ ਦਰਸ ਦਿੱਤਾ ਬਈ ਜਿਹੜਾ ਜਿਹੜੀ ਦੁਆ ਕਰਦਾ ਨਾ ਰੋਜ਼ਾ ਖੋਲ੍ਹਣ ਲੱਗਿਆਂ ਉਹ ਕਬੂਲ ਹੋ ਜਾਂਦੀ। ਇੱਕ ਬੰਦੇ ਪਹਿਲਾਂ ਰੋਜ਼ਾ ਰੱਖਿਆ, ਉਹਨੇ ਇਹ ਹਦੀਸ ਪਾਕ ਸੁਣ ਲਈ, ਜਦੋਂ ਰੋਜ਼ਾ ਲੱਗਾ ਨਾ ਖੋਲ੍ਹਣ, ਕਹਿੰਦਾ ਯਾ ਅੱਲਾ, ਸਵੇਰੇ ਮੌਲਵੀ ਸਾਹਿਬ ਕਹਿੰਦੇ ਸਨ ਕਿ ਨਬੀ ਅਲੈਹਿ ਸਲਾਮ ਨੇ ਫਰਮਾਇਆ ਰੋਜ਼ਾ ਖੋਲ੍ਹਣ ਲੱਗਿਆਂ ਜਿਹੜੀ ਦੁਆ ਕਰੀਏ ਕਬੂਲ ਹੁੰਦੀ ਹੈ, ਰੱਬਾ ਅੱਜ ਰੋਜ਼ਾ ਬੜਾ ਲੱਗਾ, ਤੂੰ ਕੱਲ੍ਹ ਈਦ ਹੀ ਕਰ ਛੱਡ। ਬੰਦੇ ਬੜੇ ਕਾਲੇ, ਮਾਤਾ ਜੰਨਤ ਜਾਣ ਨੂੰ ਬੜੇ ਕਾਲੇ, ਦੁਆਏ ਕਰੋ ਇਹ ਅੱਲਾ ਪਾਕ ਸਾਰਿਆਂ 'ਤੇ ਰਹਿਮਤਾਂ ਕਰੇ, ਆਮੀਨ ਕਹੋ। ਹੁਣ ਪੰਜ ਰੋਜ਼ੇ ਆਪਣਾ, ਪੰਜ ਜੁਮੇ ਸਾਰੇ ਕੋਸ਼ਿਸ਼ ਪੇ ਕਰਦੇ ਹਨ ਅਤੇ ਦੁਆਵਾਂ ਪੇ ਕਰਦੇ ਸਨ ਕਿ ਪੰਜ ਜੁਮੇ ਹੋ ਜਾਣ, ਯਾ ਅੱਲਾ ਪੰਜ ਜੁਮੇ ਹੋ ਜਾਣ, ਹਫ਼ਤੇ ਨੂੰ ਈਦ ਹੋਏ, ਜੁਮੇ ਪੰਜ ਹੋਣ, ਰਮਜ਼ਾਨ ਦੇ ਚਾਰ ਪੜ੍ਹੇ ਗਏ ਨੇ ਨਾ, ਯਾ ਅੱਲਾ ਪੰਜ ਹੋਣ, ਯਾ ਅੱਲਾ ਪੰਜ ਹੋਣ। ਅਤੇ ਇੱਕ ਮੌਲਵੀ ਪੇ ਕਵੇ ਅੱਲਾ ਚਾਰ ਹੀ ਕਰਦੇ, ਆ ਚਾਰ ਹੀ ਬੜੇ ਨੇ, ਉਹ ਮਰ ਜਾਓ, ਤੁਸੀਂ ਇੱਕ ਜੁਮਾ ਹੋਰ ਹੋ ਲੈਣ ਦਿਓ, ਅੱਲਾ ਪਾਕ ਦੀਆਂ ਰਹਿਮਤਾਂ ਹਾਸਲ ਕਰ ਲਓ। ਤੁਸੀਂ ਸਾਰੇ ਮਿਲ ਕੇ ਦੁਆ ਕਰੋ ਬਈ ਈਦ ਜਿਹੜੀ ਹੈ ਹਫ਼ਤੇ ਦੀ ਹੋਏ, ਇਹ ਵੇਲੋ ਹੀ ਦਿਨੋਂ ਪੇ ਕਹਿੰਦੇ ਹੋ ਨਾ, ਅੱਲਾ ਸੋਹਣਿਆ ਈਦ ਹਫ਼ਤੇ ਦੀ ਕਰੀ। ਤੋ ਮੈਂ ਜਿਹੜੀ ਗੱਲ ਤੁਹਾਨੂੰ ਸੁਣਾਉਣਾ ਚਾਹੁੰਦਾ, ਤੂੰ ਮਾਲਕ ਸਾਡਾ ਬੜਾ ਮਿਹਰਬਾਨ ਅੱਲਾ, ਓਏ ਤੂੰ ਪਿਛਾ ਹਟ ਜਾ, ਤੂੰ ਜਿਹੜੇ ਕਰਤੂਤ ਸ਼ੁਰੂ ਕੀਤੇ ਨੇ ਨਾ, ਪਿਛਾ ਹੋ ਕੇ ਬਹਿ, ਉਹ ਖਰਮਾਨੀ ਪਿਛਾ ਹਟ ਜਾ, ਔਰ ਤੁਸੀਂ ਉਹ ਆਲੂ ਬੁਖਾਰੇ ਚੁੱਪ ਕਰਕੇ ਬਹਿ ਜਾਓ, ਚੁੱਪ ਕਰਕੇ, ਮੈਂ ਤੁਹਾਨੂੰ ਮਿਹਰਬਾਨੀ ਤੁਹਾਡੀ ਹਜ਼ਰਾਤ।